इस इंटरनेट की दुनिया विच्चों मैनू एक बार फिर एक होर नवी गेम मिली जिसनों तुसी GTA 5 के नाम तो जानते हो। तो हुण आपां नूं प्ले करन वाले तो ज़्यादा खुश मत होना, तुसी पहला खुश ना होया करो। इन्ना जो खुश ज़्यादा हो जाए तो फिर सारी उम्मीदें तो अपने पानी फिर जाता। तो लो जी हुण आपां प्ले करती GTA 5 ऑन एंड्रॉइड, तो जिदा तुसी देख सकते हो फ्रेंकली दर्शन कर सकते हो। तो आपां हुण इस वक्त खड़े हैं फ्रेंकली के घरे, जिदा तुहानूं पता ही है इस तरह का अपना फ्रेंकली का हाउस आ। तो PC के सिमिलर गेम है, एक मूडर द्वारा डिवेलपर की गई है। ज़्यादा खुश नहीं होना, मैं तुहानूं सारी कहानी दस दें भी गेम ਕਿੱਦਾਂ ਦੀ ਆ। ਪਹਿਲਾਂ ਤੁਸੀਂ ਇਹਦੇ ਗ੍ਰਾਫਿਕਸ ਦੇਖ ਸਕਦੇ ਹੋ, ਫਿਰ ਆਪਾਂ ਕੰਟਰੋਲ ਦੀ ਗੱਲ ਕਰਾਂਗੇ, ਫਿਰ ਡਾਊਨਲੋਡ ਲਿੰਕ ਦੀ ਗੱਲ ਕਰਾਂਗੇ। ਇਸ ਕਰਕੇ ਵੀਡੀਓ ਨੂੰ ਐਂਡ ਤਾਈਂ ਦੇਖਿਆ ਕਰੋ ਤਾਂ ਜੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏ। ਮੈਂ ਨਹੀਂ ਚਾਹੁੰਦਾ ਇੰਨਾ ਕੀਮਤੀ ਤੁਹਾਡਾ ਮਹਿੰਗਾ ਡਾਟਾ ਤੁਹਾਡਾ ਵੇਸਟ ਹੋਵੇ ਡੇਲੀ ਦਾ। ਤੁਹਾਡੇ ਭਰਾ ਦਾ ਇੱਕ ਅਸੂਲ ਆ, ਬਿਨ ਗੱਲ ਤੋਂ ਮੈਂ ਤੁਹਾਨੂੰ ਕਿਸੇ ਵੈਬਸਾਈਟ ਤੇ ਨਹੀਂ ਲੈ ਕੇ ਜਾਂਦਾ, ਨਹੀਂ ਮੈਂ ਅੱਜ ਤਾਈਂ ਕਦੇ ਲੈ ਕੇ ਕਿ ਮੈਂ ਫਾਲਤੂ ਲਿੰਕ ਤੁਹਾਨੂੰ ਦੇਣ ਨਹੀਂ ਦੇਊਂਗਾ। ਤਾਂ ਲਿੰਕ ਤੁਹਾਨੂੰ ਡਾਇਰੈਕਟ ਲਿੰਕ ਦੇਊਂਗਾ, ਉਹ ਵੀ ਮੀਡੀਆ ਫੈਟ ਦੀ। ਮੈਂ ਲਿੰਕ ਦੇਣ ਤੋਂ ਪਹਿਲਾਂ ਤੁਹਾਨੂੰ ਸਾਰੀ ਗੇਮ ਹੀ ਦਿਖਾਉਣਾ ਚਾਹੁੰਦਾ ਹੁੰਦਾ ਵੀ ਇਸ ਵੀਡੀਓ ਵਿੱਚ ਤੁਸੀਂ ਸਾਰੀ ਗੇਮ ਦੇਖ ਲਓ। ਇਹਦੇ ਸੈਟਿੰਗਾਂ ਵਿੱਚ ਆ, ਇਸ ਸੈਟਿੰਗਾਂ ਵਿੱਚ ਤੁਸੀਂ ਲੋ, ਹਾਈ, ਅਲਟਰਾ ਜੋ ਵੀ ਗ੍ਰਾਫਿਕਸ ਸੈਟ ਕਰਨਾ ਚਾਹੁੰਦੇ ਕਰ ਸਕਦੇ ਹੋ, ਕਿਉਂਕਿ ਜਿੱਦਾਂ ਤੁਹਾਡਾ ਫੋਨ ਆ ਉਸ ਤਰ੍ਹਾਂ ਇਹਨੂੰ ਸਪੋਰਟ ਕਰੂਗਾ। ਮੇਰੇ ਵਾਲਾ ਤਾਂ ਵੈਸੇ ਲੋ 'ਤੇ ਹੀ ਚੱਲ ਰਿਹਾ, ਤੇ ਲੋ 'ਤੇ ਵੀ ਸ਼ਾਇਦ ਲਾਇਕ ਦਿਖਾ ਰਿਹਾ ਕਿਉਂਕਿ ਥੋੜਾ ਜਿਹਾ ਓਲਡ ਫੋਨ ਆ। ਇੱਕ ਸਾਈਡ ਤੇ ਤੁਸੀਂ ਜਿੰਨੀਆਂ ਹੋਰ ਦੇਖੀਆਂ ਸੀ ਉਹ ਬੇਫਾਲਤ ਇੱਕ ਪਿਕਚਰ ਆ, ਸਾਰੀਆਂ ਵਰਕ ਨਹੀਂ ਕਰਦੀਆਂ, ਇਹਨਾਂ 'ਚ ਥੋੜੀਆਂ ਸੈਟਿੰਗਾਂ ਵਰਕ ਕਰਦੀਆਂ। ਤੇ ਇੱਥੋਂ ਆਪਾਂ ਹੁਣ ਇਸ ਆਪਸ਼ਨ ਤੋਂ ਆਪਾਂ ਵਹੀਕਲ ਸਪਾਉਨ ਕਰ ਸਕਦੇ ਹਾਂ। ਜਿੱਦਾਂ ਤੁਸੀਂ ਦੇਖ ਸਕਦੇ ਹੋ ਕਾਰਾਂ ਆ ਗਈਆਂ, ਕਾਰਾਂ ਦੇ ਕਲਰ ਚੇਂਜ ਕਰ ਸਕਦੇ ਹਾਂ, ਕੁਝ ਵੀ ਕਰ ਸਕਦੇ ਹਾਂ ਜਿੱਦਾਂ ਤੁਹਾਨੂੰ ਪਸੰਦ ਆਵੇ। ਉਹ ਕਲਰ ਤੁਸੀਂ ਰੱਖ ਸਕਦੇ ਹੋ। ਮੈਂ ਰੇਂਜ ਰੋਵਰ ਸਿਲੈਕਟ ਕੀਤੇ, ਰੇਂਜ ਰੋਵਰ ਦੇ ਮੈਂ ਬਲੈਕ ਕਲਰ ਸਿਲੈਕਟ ਕੀਤਾ। ਤੇ ਹੁਣ ਆਪਾਂ ਰੇਂਜ ਰੋਵਰ ਦੇ ਥਰੂ ਹੀ ਤੁਹਾਨੂੰ ਇਸ ਮੈਪ ਦੀ ਗੇੜੀ ਛੇੜੀ ਲਵਾ ਦਿੰਨੇ ਆ। ਓਏ ਹੋਏ ਹੋਏ ਹੋਏ, ਬੜਾ ਨਜ਼ਾਰਾ ਆਈ ਜਾਂਦਾ ਸੱਚੀ ਯਾਰ, ਇੰਨਾ ਨਜ਼ਾਰਾ ਆਈ ਜਾਂਦਾ GTA 5 ਆਪਾਂ ਐਂਡਰੋਇਡ ਤੇ ਪਲੇ ਕਰ ਰਹੇ ਹਾਂ। ਸੱਚੀ ਯਾਰ ਮੈਂ ਵੈਸੇ ਕੱਲਾ ਕੱਲਾ ਹੀ ਪਲੇ ਕਰਦਾ ਯਾਰ, ਤੁਹਾਨੂੰ ਕਦੇ ਵੀ ਨਹੀਂ ਕੋਈ ਵੀ ਗੇਮ ਦਿੱਤੀ ਯਾਰ। ਸੱਚੀ ਮੈਂ ਬਹੁਤ ਬੇਕਾਰ ਬੰਦਾ ਯਾਰ, ਮੈਂ ਆਪਣਾ ਨੂੰ ਸੱਚੀ ਇੰਨਾ ਬੇਕਾਰ ਸਮਝਦਾ ਯਾਰ। ਤੁਸੀਂ ਵੀ ਵੈਸੇ ਕਹਿੰਦੇ ਹੋਵੋਗੇ ਯਾਰ ਹਰਾਮੀ, ਕੱਲਾ ਕੱਲਾ ਯਾਰ ਪਲੇ ਕਰ ਜਾਂਦਾ, ਸਾਨੂੰ ਕਦੇ ਵੀ ਕੋਈ ਗੇਮ ਦੀ ਲਿੰਕ ਨਹੀਂ। ਤੇ ਕੀ ਕਰਾਂ ਯਾਰ, ਮੈਂ ਤੁਹਾਨੂੰ ਨਹੀਂ ਕਦੇ ਵੀ ਬੇਫਾਲਤੂ ਗੇਮਾਂ ਡਾਊਨਲੋਡ ਕਰਾਉਣਾ ਚਾਹੁੰਦਾ ਜਿੰਨਾਂ ਵਿੱਚ ਕੋਈ ਕੱਢਰ ਪਾਉਣ ਨੂੰ ਪਾਤ ਨਹੀਂ ਹੁੰਦਾ। ਇਸ ਕਰਕੇ ਮੈਂ ਤੁਹਾਡੀ ਭਲਾਈ ਲਈ, ਤੁਹਾਡਾ ਭਰਾ ਹਮੇਸ਼ਾ ਤੁਹਾਡਾ ਕਰਕੇ ਸੋਚਦਾ ਰਹਿੰਦਾ, ਤੁਹਾਡੀ ਖਾਤਰ ਹੀ ਇੰਟਰਨੈਟ ਦੀ ਦੁਨੀਆ ਵਿੱਚੋਂ ਲੱਭ ਕੇ ਲਿਆਉਂਦਾ ਗੇਮਾਂ ਯਾਰ ਤੁਹਾਨੂੰ, ਤਾਂ ਜੋ ਤੁਹਾਨੂੰ ਕੋਈ ਗੇਮ ਵਧੀਆ ਲੱਗੇ। ਜਿੰਨਾ ਚਿਰ ਯਾਰ ਗੇਮ ਮੈਨੂੰ ਵਧੀਆ ਲੱਗਦੀ ਉਹਨਾਂ ਚਿਰ ਮੈਂ ਤੁਹਾਨੂੰ ਲਿੰਕ ਕਦੇ ਵੀ ਨਹੀਂ ਦਿੰਦਾ। ਇਹ ਗੇਮ ਤੁਹਾਨੂੰ ਸੱਚੀ ਵਧੀਆ ਲੱਗਦੀ ਹੈ ਯਾਰ, ਤੁਸੀਂ ਮੈਨੂੰ ਰਿਕੁਐਸਟ ਕਰ ਸਕਦੇ ਹੋ। ਮੈਂ ਇਹਦੀ ਲਿੰਕ ਵੈਸੇ ਰੈਡੀ ਆ, ਮੈਂ ਨਹੀਂ ਚਾਹੁੰਦਾ ਵੀ ਹਜੇ ਇਹਦੇ ਵਿੱਚ ਬਹੁਤ ਕਮੀਆਂ ਜੋ ਤੁਹਾਨੂੰ ਅਜੇ ਤਾਈਂ ਦਿਖਾਉਂਗੇ ਨੇ, ਕਿਉਂਕਿ ਇੰਨੀ ਛੋਟੀ ਵੀਡੀਓ ਵਿੱਚ ਆਪਾਂ ਸਾਰਾ ਕੁਝ ਇਹ ਗੇਮ ਦੇ ਵਿੱਚ ਨਹੀਂ ਕਵਰ ਕਰ ਸਕਦੇ। ਮੈਂ ਕਵਰ ਕਰਨ ਦੀ ਕੋਸ਼ਿਸ਼ ਕਰਦਾ ਜੀ, ਬਟ ਤੁਸੀਂ ਮੈਨੂੰ ਪਤਾ ਹੁੰਦਾ ਹਰੇਕ ਬੰਦਾ 2 ਮਿੰਟ ਤਾਈਂ ਐਂਡ ਆ, ਇਸ ਤੋਂ ਬਾਅਦ ਮੇਰੀ ਵੀਡੀਓ ਨਹੀਂ ਵੇਖਦਾ, ਕਿਉਂਕਿ ਇਹ ਤਾਂ ਆਪਣੇ ਨੇਚਰ ਹੀ ਆਪਾਂ ਇਦਾਂ ਆਪਣਾ ਇਦਾਂ ਦਾ। ਆਪਾਂ ਵੀਡੀਓ ਬਸ ਸਟਾਰਟਿੰਗ ਨੂੰ ਦੇਖਨੇ, ਸਕਿਪ ਕਰ ਕਰਕੇ ਦੇਖਨੇ, ਤਾਂ ਜੋ ਆਪਾਂ ਨੂੰ ਸਾਰਾ ਕੁਝ ਕਲੀਅਰ ਨਹੀਂ ਪਤਾ ਲੱਗਦਾ। ਇਸ ਕਰਕੇ ਮਿੱਤਰੋ ਲਿੰਕ ਵੀ ਰੈਡੀ ਹੈ, ਸਾਰਾ ਕੁਝ ਰੈਡੀ ਹੈ, ਬਟ ਯਾਰ ਮੈਨੂੰ ਲੱਗਦਾ ਤੁਹਾਨੂੰ ਇਹ ਗੇਮ ਪਸੰਦ ਆਈ ਹੋਊ। ਜੇ ਨਹੀਂ ਪਸੰਦ ਆਈ ਤਾਂ ਫਿਰ ਤਾਂ ਆਪਾਂ ਅਗਲੀ ਵੀਡੀਓ ਨਹੀਂ ਬਣਾਉਂਦੇ, ਨਾ ਹੀ ਕੋਈ ਲਿੰਕ ਲਿਆ ਕੇ। ਜੇ ਤੁਹਾਨੂੰ ਪਸੰਦ ਆਈ ਤਾਂ ਆਪਾਂ ਬਾਲੇ ਲੇਟ ਨਹੀਂ ਕਰਦਾ, ਨੈਕਸਟ ਡੇ ਮੈਂ ਇਸ ਦੀ ਵੀਡੀਓ ਬਣਾ ਦੇਣਾ ਤੇ ਮੀਡੀਆ ਫਿਰ ਤੁਹਾਨੂੰ ਲਿੰਕ ਦੇ ਦੂੰਗਾ। ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਆਪ ਹੀ ਦੇਖ ਲੈਣਾ, ਫਿਰ ਮੈਨੂੰ ਨਾ ਕਹਿਣਾ ਵੀ ਇਹ ਗੇਮ ਵਿੱਚ ਤਾਂ ਬਹੁਤ ਸਾਰੀਆਂ ਕਮੀਆਂ ਸੀਗੀਆਂ, ਤੂੰ ਸਾਨੂੰ ਦੱਸੀਆਂ ਨੇ। ਮੈਂ ਤਾਂ ਉਹੀ ਕੋਸ਼ਿਸ਼ ਕਰਦਾ ਵੀ ਨੈਕਸਟ ਵੀਡੀਓ ਵਿੱਚ ਤੁਹਾਨੂੰ ਸਾਰਾ ਕਲੀਅਰ ਕਰ ਦੂੰ, ਉਸ ਤੋਂ ਬਾਅਦ ਤੁਸੀਂ ਗੇਮ ਨੂੰ ਡਾਊਨਲੋਡ ਕਰ ਦਿਓ। ਓਕੇ ਬਾਏ, ਥੈਂਕਸ ਫੋਰ ਵਾਚਿੰਗ ਸਾਰਿਆਂ ਦਾ। ਇਹ ਸੀਗੀ GTA 5 ਐਂਡਰੋਇਡ। ਬਾਏ ਬਾਏ।